ਹੋਏ ਕੈਲਰੀ ਬਲਬ ਆ ਇਹ ਹੁਣ ਅਸੀਂ ਚੱਕਿਆ ਇਹਨੂੰ ਚੈੱਕ ਕਰਦੇ ਆ ਸਹੀ ਹੈ ਜਾਂ ਖਰਾਬ ਆ ਤੇ ਇਹਨੂੰ ਇੱਥੇ ਚੈੱਕ ਕਰਦੇ ਆ ਕਰੰਟ ਲੈ ਰਾਇਆ ਆਨ ਆਫ ਆ ਲੇਕਿਨ ਇਹ ਖਰਾਬ ਆ ਤੇ ਹੁਣ ਅਸੀਂ ਦੇਖਦੇ ਆ ਕੀ ਮਸਲਾ ਆ ਚੈੱਕ ਕਰਦੇ ਆ ਇਹਨੂੰ ਜਿਹੜਾ ਸਵਿਚ ਆ ਸਭ ਠੀਕ ਆ ਲੇਕਿਨ ਇਹਨੂੰ ਉਹ ਨਾ ਦੇਖਣਾ ਪੈਣਾ ਕਿ ਖਰਾਬ ਕਿਹੜੀ ਜਗ੍ਹਾ ਤੋਂ ਗਾ ਲੀ ਇਹ ਤੇ ਗ ਨਾਇਦਾ ਜਲ ਗਿਆ ਹੋਇਆ ਇਹਨੂੰ ਹੁਣ ਅਸੀਂ ਕਾਫੀ ਜਗ੍ਹਾ ਤੇ ਸੇਰੀਸ ਕਰਦੇ ਆਂ ਤੇ ਇਨਸ਼ਾ ਅੱਲਾਹ ਚੱਲ ਜਾਏਗਾ ਤੇ ਪਹਿਲੇ ਤੁਹਾਨੂੰ ਲਾਈਵ ਦਿਹਾਉਨੇ ਆ ਇਹਦਾ ਹਾਂਜੀ ਹੁਬ ਜਿਹੜ ਸਾਰੇ ਦਾਣੇ ਨਜ਼ਰ ਆ ਰਹੇ ਆ ਨਾਲ ਚ ਆਹ ਦਾਣਾ ਸੜਿਆ ਪਿਆ ਆ ਤੁਸੀਂ ਨਹੀਂ ਜਾਣਦੇ ਇਸ ਕੰਮ ਇਸ ਲਈ ਤੁਹਾਨੂੰ ਨਹੀਂ ਪਤਾ ਲੇਕਿਨ ਸਾਨੂੰ ਪਤਾ ਚੱਲ ਗਿਆ ਇਹ ਤੁਹਾਨੂੰ ਅਸੀਂ ਹੁਣ ਲਾਈਵ ਦਿਹਾਉਨੇ ਆ ਇਹ ਦਿੱਤੇ ਦਾ ਕਰੰਟ ਦਿੱਤੇ ਆ ਚੱਲ ਗਿਆ ਆ ਚੱਲ ਗਿਆ ਤਾਂ ਇਹ ਹੁੰਦਾ ਨਾ ਇਹਨੂੰ ਤੋੜ ਕਾਵੇ ਨੂੰ ਲਾ ਕੇ ਉਹਨਾਂ ਕਾਵੇ ਕਾਵੇ ਇੱਥੇ ਕਰਦੇ ਇਹਨੂੰ ਲੋਨੇ ਆ ਤੇ ਉਹਨਾਂ ਦੇ ਟੇਕ ਗਰਮ ਹੁੰਦਾ ਆ ਤੇ ਬਾਕੀ ਐਸੀ ਨਾ ਇਹਦਾ ਬਾਕੀ ਮਾਇਨਾ ਕਰਦੇ ਆ। ਇਕ ਕਾਬੇ ਗਰਮ ਬਹੁਤ ਜ਼ਿਆਦਾ ਹੁੰਦਾ ਇਹਦਾ ਖਿਆਲ ਰੱਖਣਾ ਪੈਂਦਾ। ਉਹਨੇ ਉਹਨੀ ਦੇਰੇ ਗਰਮ ਹੁੰਦਾ ਆ। ਹਾਕ ਕਾਬੇ ਦੀ ਸਮਾਲ ਹੰਲੀ ਚੀਜ਼ ਆ। ਕਾਬੇ ਸਹੀ ਨਾ ਚੱਲੇ ਤੇ ਇਹਦੇ ਵਾਸਤੇ ਫਿਰ ਆ ਵੀ ਲਿਆਂਦਾ ਸੀ। ਆ ਕਾਵਿਆ ਗਰਮ ਹੋਣਾ ਸ਼ੁਰੂ ਹੋ ਚੁੱਕਿਆ ਹੈ ਆ ਦੇਖੋ ਲਾਈਡ ਹੋਇਆ ਸੀ ਕਿ ਆ ਦਾਣਾ ਇਹਦਾ ਜਲਿਆ ਹੋਇਆ ਹੈ ਇਹਨੂੰ ਅਸੀਂ ਸਿਸਟਮ ਇਹਨਾਂ ਤੌਰ ਦੇ ਦਿੰਨੇ ਆ ਆ ਨਾਲ ਸੀ ਤੋੜੇ ਤਾਂ ਇਹੋ ਤੇ ਹੁਣ ਅਸੀਂ ਕਲੀ ਲਾਵਾ ਦੇ ਨਾਲ ਇਹ ਬਲਬ ਆਨ ਹੋ ਜਾਏਗਾ ਦਾੜਾ ਗਿੰਗਾ ਹੋ ਗਿਆ ਨੂੰ ਸਹੀ ਕੀਤਾ ਇਹ ਇਹਨੂੰ ਸਫਾਈ ਕਰ ਲੈਣੀ ਚੰਗੇ ਤਰੀਕੇ ਨਾਲ ਹੱਕਾ ਲਈ ਇਸਤੇਮਾਲ ਹੁੰਦੀ ਆ ਇਸ ਕਲੀਨਾਸੀ ਹੁਣ ਲਾਉਣੇ ਆ ਚੈੱਕ ਕਰਦੇ ਹਾਂ ਚੱਲ ਗਿਆ ਦੇਖਿਆ ਚੱਲਦਾ ਜੇਰੋਂ ਅਸੀਂ ਹੁਣ ਕਾਵੇ ਨਾਲ ਟਾਂਕਾ ਲਾ ਦਿੰਨੇ ਆ ਤੇ ਇਹ ਹਨਾ ਚੱਲ ਪਏਗਾ ਇੱਥੇ ਜਿਹੜੇ ਤਾਂ ਰਾਸਕੀਤਾ ਸੀ ਉਸ ਤੇ ਹੁਣ ਕਾਵੀਏ ਲਾ ਦਿੱਤਾ ਹੈ ਕਾਬੀਏ ਲੋਨ ਤੋਂ ਬਾਅਦ ਅਸੀਂ ਹੁਣ ਇਹਨੂੰ ਚੈੱਕ ਕਰਦੇ ਆਂ ਇਹ ਚੱਲਦਾ ਹੈ ਜਾਂ ਕੋਈ ਹੋਰ ਮਸਲਾ ਤੇ ਨਹੀਂ ਆਵੇ ਕੋ ਚੱਲ ਪਿਆ ਹੋਰ ਨਾ ਵੇਖੋ ਉਹ ਜਿੱਥੇ ਖਰਾਬ ਦਾਣਾ ਸੀ ਨਾ ਉਦੋਂ ਅਸੀਂ ਕਾਬੀਏ ਨਾਲ ਨੂੰ ਪ੍ਰਾਈ ਕਰਦੇ ਸੀ ਜਿੱਦ ਦੇ ਵਾਰ ਜੇ ਤੋ ਹੁਣ ਐਡਜੈਕਟ ਹੋ ਗਿਆ ਚੱਲਣ ਲੱਗ ਪਿਆ ਇਸ ਤਰ੍ਹਾਂ ਬਲਬ ਦੀ ਰਿਪੇਅਰਿੰਗ ਹੋ ਜਾਂਦੀ ਹੈ ਜਾਨੀ ਕਿ ਖਰਾਬ ਬਲਬ ਨੂੰ ਅਸੀਂ ਬੜੀ ਈਜ਼ੀਲੀ ਬੜੀ ਆਸਾਨੀ ਨਾਲ ਚਲਾ ਦਿੱਤਾ ਹੈ ਜੇ ਜੀ 1.5 ਦੋ ਰੁਪਏ ਮਜ਼ਦੂਰੀ ਹੁੰਦੀ ਰਿਪੇਅਰਿੰਗ ਵਾਲੇ